ਉਹ ਜਿਹੜਾ ਤਾਂ ਖੰਭਾ ਲੱਗਿਆ ਉਹਦੇ ਚੜ ਜਾਣਾ ਚੱਕ ਕੇ ਨੀ ਲੰਬਾ ਮੁੰਡਾ ਲੰਘੇ ਲੰਘੇ ਪੱਕੀ ਵਾਂਗੂ ਝੂਲ ਕੇ ਲੰਬਾ ਮੁੰਡਾ ਲੰਘੇ ਲੰਘੇ ਪੱਕੀ ਵਾਂਗੂ ਝੂਲ ਕੇ ਮਦਰ ਲੰਘੇ ਕੋਲੋਂ ਆ ਜਾਓ ਦਾਦਾ ਜੀ ਤੁਸੀਂ ਵੀ ਤੁਸੀਂ ਕਹਤੇ ਚੁਰ ਚੁਰ ਝਪਦੇ ਆਜੋ ਮੇਰੇ ਵੀ ਲੱਗੀ ਹੋਏ ਸੱਟ ਧੂੜੀ ਤਾਂ ਮੇਰੀ ਵੀ ਦੁਖਦੀ ਰੋਜ਼ ਨੱਚੀ ਜਾਂਦੀ ਮੈਂ ਭੈਣ ਜੀ ਨਾਲ ਹੀ ਹੈ ਜੋੜੀ ਬਣਾ ਕੇ ਲਿਜਾਊਂਗੀ ਮੇਰੇ ਨਾਲ ਤਾਂ ਜੋੜੀ ਬਣਨੀ ਨੀ ਆਜੋ 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 ਮੈਂ ਨਾ ਭੁੱਲ ਜਾਂਦੀ ਹਾਂ ਫੇਰ ਮੈਂ ਨਾ ਭੁੱਲ ਜਾਂਦੀ ਮਾਇਰਾ ਦੇ ਦਾਦਾ ਦਾਦੀ ਆ ਜਾਓ ਭਾਈ ਹਰਿਆ ਹਰਿਆ ਕਾ ਹਰਿਆ ਹਰਿਆ ਕਾ ਮੈਂ ਕਿਹਾ ਹੁਣ ਦੇਖ ਲੈ ਮਾਇਰਾ ਦੀ ਦਾਦੀ ਕੰਨਾਂ 'ਚ ਫੂਕ ਮਾਰਨ ਲੱਗੀ ਹੈ ਕਹਿੰਦੀ 2100 ਦੀ ਬੇਲ ਨਾ ਕਰਾਈ ਤੇ ਦੇਣੇ 10 ਰੁਪਈਏ ਦੇ ਬੜੀ ਚਲਾਕ ਹੈ ਗਿਟਕੋ ਜੀ ਲੰਬੀ ਹੁੰਦੀ ਤਾਂ ਬੋਲੀ ਪਾਉਣੀ ਮੈਂ ਕਿਹਾ ਸੰਧੂ ਸਾਹਿਬ ਪ੍ਰੋਫੈਸਰ ਸਾਹਿਬ ਜੀ ਮੈਂ ਕਿਹਾ ਸੰਧੂ ਸਾਹਿਬ ਇੱਧਰ ਖਿਆਲ ਰੱਖਿਓ ਆਉਣ ਜਾਣ ਨੂੰ ਨਾ ਦਰਵਾਜ਼ੇ ਖਿਸਕ ਜਾਣ ਨੂੰ ਟਾਕੀ ਖਿਸਕ ਜਾਣ ਨੂੰ ਟਾਕੀ ਐਸ ਪਟੋਲੇ ਦੀ ਕੌਣ ਕਰੂਗਾ ਰਾਖੀ ਐਸ ਪਟੋਲੇ ਦੀ ਕੌਣ ਕਰੂਗਾ ਰਾਖੀ ਰਤਨ ਸਾਹਿਬ ਆ ਗਏ ਕਮਿਸ਼ਨਰ ਇਨਕਮ ਟੈਕਸ ਨੀ ਮੈਨੂੰ ਪਹਿਲਾਂ ਵੀ ਇਨਕਮ ਟੈਕਸ ਵਾਲੀ ਦਾ ਫੋਨ ਆ ਵੇ ਤੁਸੀਂ ਮੇਰੇ ਤੇ ਟੈਕਸ ਲਾ ਦਿਓ ਭਾਈ ਹਾਂ ਮੈਂ ਰੁਪਈਏ ਬਣਾਉਣੀ ਹੈ ਬਹੁਤ ਮਿਹਨਤ ਕਰਕੇ ਆ ਬਾਬੂ ਸਿੰਘ ਜੀ ਆਏ ਨੇ ਜੀ ਮੇਰੀ ਸੁਣ ਗੱਲ ਇਨਕਮ ਟੈਕਸ ਦਾ ਬੀਸਰਾ ਚੁੱਪ ਕਰ ਜਾ ਨਹੀਂ ਮੇਰੀ ਸੁਣ ਤੈਨੂੰ ਪਤਾ ਤੇਰੀ ਕੀ ਗੱਲ ਸੁਣਾ ਹਾਂ ਨਹੀਂ ਤੇਰੇ ਤੇ ਕਿਹੜਾ ਟੈਕਸ ਲਾਇਆ ਇਹਨਾਂ ਨੇ ਮੇਰੇ ਤੇ ਖਬਰ ਕਿਹੜਾ ਜੀਐਸਟੀ ਲਾ ਦਵੇ ਭਾਈ ਮੇਰੀ ਸੁਣ ਗੱਲ ਤੇਰੀ ਟੈਕਸ ਲੱਗ ਸਕਦਾ ਕਿਉਂ ਮੇਰੇ ਤੇ ਕਾਹ ਲੱਗਦਾ ਸਾਰੇ ਤੇ ਲਾਉਂਦੀ ਮੈਂ ਅੱਛਾ ਮੇਰਾ ਤਾਂ ਕਦੇ ਟੋਲ ਨਹੀਂ ਕਟਾਇਆ ਅਸੀਂ ਤਾਂ ਕਦੇ ਹੈ ਸੁਣ ਲੈ ਪੜੇ ਨਹੀਂ ਇਹ ਗੱਲਾਂ ਨੇ ਕਿਹਾ ਸ਼ਾਇਦ ਟੋਲ ਤੇਰੇ ਪਰਚੀ ਕੱਟਣ ਲੱਗ ਗਏ ਨਾ ਟੋਲ ਕੱਟ ਕੋਈ ਨਹੀਂ ਮੈਂ ਕੱਟਣ ਦਿੰਦੀ ਆ ਪਰਚੀ ਨਹੀਂ ਊ ਜਾਣੀ ਇਹ ਤੁਹਾਨੂੰ ਪਤਾ ਕੀ ਲੱਗਦਾ ਮੈਨੂੰ ਕੀ ਲੱਗਦਾ ਐਨਕਾਂ ਜੇ ਤਾਂ ਕਦੇ ਟੇਢੀ ਟੇਢੀ ਨਾ ਝੱਟ ਪਾਈ ਤੇਰਾ ਨਹੀਂ ਕੁਛ ਲੱਗਦਾ ਮੇਰਾ ਹੀ ਲੱਗਦਾ ਨਹੀਂ ਇਹ ਮੇਰਾ ਲੱਗਦਾ ਜੇਠ
ਮੈਂ ਕਿਹਾ ਭਾਈ ਅੱਜ ਪੈਰੀ ਪੈਣੀ ਆ ਜੇਠ ਮੰਜੀ ਹੇਠ ਨੀ ਮੈਂ ਤਾਂ ਜੇਠ ਇੱਕ ਆਹ ਜੇਠ ਬੈਠਾ ਕਿਵੇਂ ਘੂਰ ਘੂਰ ਦੇਦਾ ਨੀ ਹੁਣ ਪਛਤਾਉਂਦਾ ਕਿਤੇ ਜੇ ਪਟੋਲੇ ਮੇਰੇ ਹੁੰਦਿਆਂ ਸੌਂਦਿਆਂ ਦੂਰਦਰਸ਼ਨ ਤੇ ਆ ਜਾਂਦੇ ਮੈਂ ਤਾਂ ਟਾਵਰ ਤੇ ਚੜਾ ਚੜਾ ਨਚਾਉਂਦਾ ਇਹ ਸੋਚਦਾ ਹੁਣ ਡਾਕਟਰ ਦਲਜੀਤ ਸਿੰਘ ਜੀ ਨੀ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਪੰਜ ਸੱਤ ਕਹਿ ਗਿਆ ਨੀ ਮੈਨੂੰ ਪੰਜ ਸੱਤ ਕਹਿ ਗਿਆ ਗੇਂਦਾ ਤੂੰ ਤਾਂ ਗੋਭੀ ਦਾ ਫੁੱਲ ਨੀ ਤੂੰ ਨੱਚੀ ਅੜੀਏ ਬੋਲੀ ਚਾਹੇ ਅੜੀਏ ਨੀ ਤੂੰ ਨੱਚੀ ਅੜੀਏ ਬੋਲੀ ਚਾਹੇ ਅੜੀਏ ਨੀ ਤੂੰ ਅੱਗ ਦੇ ਬਾਬੂ ਕੇ ਵਾਂਗੂ ਮਚੇ ਅੜੀਏ ਰਾਜਕਪੂਰ ਸਿੰਘ ਰਾਜਕੁਮਾਰ ਸਿੰਘ ਜੇ ਮੁੰਡੇ ਆਵੇ ਮੈਨੂੰ ਨੱਚ ਲਈ ਨਾ ਮਨਸੀਤ ਦੀ ਬਰਸੀਤ ਦੀ ਮੰਮੀ ਨਾ ਡੈਡੀ।